ਕਿਆ ਤੇਰੇ ਕੋਲ ਨਹੀਂ ਪਤਾ ਪਨੀਰ ਹੈ ਕਿਆ ਖੋਆ ਕਿਆ ਪਨੀਰ ਹੈ ਲਓ ਪਨੀਰ ਦਾ ਸੈਂਪਲ ਪਨੀਰ ਮਾਲਕ ਤੋਂ ਬੁਲਾਓ ਕੋਈ ਢੱਕਣ ਦਾ ਜਰੂਰੀ ਨੀ ਸਮਝਦੇ ਲੋਕ ਕੱਪੜਾ ਜਾਲੀ ਦੇ ਦਿੰਦੇ ਉੱਪਰ ਆਹ ਕੋਈ ਚੀਜ਼ ਕਵਰਡ ਨੀ ਹੈਗੀ ਇਹਨਾਂ ਦੀ ਰਸਗੁੱਲੇ ਦੇਖ ਰਸਗੁੱਲੇ ਰਬੜੀ ਹੈ ਕੀ ਹੈ ਦੇਖੋ ਹਾਲਾਤ ਦੇਖੋ ਤੁਸੀਂ ਲੋਕੀ ਚਾਵਾਂ ਨਾਲ ਮਠਿਆਈ ਖਾਂਦੇ ਆ ਇਹ ਕੋਈ ਆਹ ਕੀ ਹੈ ਕਲਰ ਦੇਖੋ ਕਲਰ ਦਾ ਕੋਈ ਹਿਸਾਬ ਹੀ ਨਹੀਂ ਹੈਗਾ ਇਹ ਉਹੀ ਚਮਚਾ ਮਾ ਜਿਹੜੀ ਹੈ ਅਨਸੇਫ ਆਈ ਆ ਪਿੱਛੇ ਜੇ ਉਹੀ ਹੈ ਇਹ ਗਈ ਆ ਉੱਥੇ ਸਰਦਾਰ ਦੇ ਕਲਰ ਦਾ ਇਸਤੇਮਾਲ ਕਿੱਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆਹ ਜਿਹੜਾ ਉਹ ਅਨਸੇਫ ਆਇਆ ਭਰਿਆ ਵੀ ਹੁਸ਼ਿਆਰਪੁਰ ਆ ਮਤਲਬ ਉਹ ਜ਼ਹਿਰ ਮਤਲਬ ਹਜ਼ਾਰਡ ਹੈ ਖਤਰਨਾਕ ਹੈ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਏਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਜਦੋਂ ਖਰੀਦਣ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰਨ ਇਹਨਾਂ ਗੱਲਾਂ ਨੂੰ ਜੇ ਕੋਈ ਫੂਡ ਸੇਫਟੀ ਟੀਮ ਇਕੱਲੀ ਕੁਛ ਸਾਰਾ ਕੁਛ ਠੀਕ ਕਰ ਲਓ ਅੱਜ ਤਾਂ ਇੱਥੇ ਖੜੇ ਆ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਏਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨੀ ਕੋਈ ਟੱਕਿਆ ਨੀ ਕੋਈ ਜਾਲੀਆਂ ਹੀ ਦੇ ਦਿੰਦਾ ਕੱਪੜੇ ਦੀਆਂ ਅੱਜ ਅਸੀਂ 6 ਵਜੇ ਆ ਲਗਭਗ ਮੇਰਾ ਖਿਆਲ ਆ 6 ਵਜੇ ਪਹੁੰਚ ਗਏ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨੀ ਕਿੱਥੇ ਕਿੱਥੇ ਪਤਾ ਲੱਗਾ ਇਨਫੋਰਮੇਸ਼ਨ ਆ ਇਨਪੁੱਟ ਮਿਲੀ ਆ ਵੀ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨੀ ਕੋਈ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਤੋਂ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨੀ ਪੈਸਾ ਖਰਚਦੇ ਸਾਫ ਸਫਾਈ ਵੱਲ ਕਿਉਂ ਨੀ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨੀ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈਰ ਦਾ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਵੀ ਇਹ ਏਦਾਂ ਦੇ ਹਾਲਾਤਾਂ ਚ ਬਣੀ ਹੋਈ ਹੈ ਤੁਹਾਨੂੰ ਅਸਲ ਵਿਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਘਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਹਨਾਂ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਹਾਂ ਇਹ ਮਾਰਕਾ ਕਿਹੜਾ ਲਾਇਆ ਸਰ ਉੱਪਰ ਕੋਈ ਹੈ ਇਹਦਾ ਵੀ ਆਈਐਸ ਮਾਰਕ ਨਹੀਂ ਸਪੈਸ਼ਲ ਆ ਸਪੈਸ਼ਲ ਹੀ ਹੁੰਦੇ ਸਾਰੇ ਇਹ ਪਨੀਰ ਵੀ ਸਪੈਸ਼ਲ ਰਸਗੁੱਲੇ ਵੀ ਸਪੈਸ਼ਲ ਇਹਨਾਂ ਦੇ ਚਮਚਮ ਵੀ ਸਪੈਸ਼ਲ ਉਹ ਸਪੈਸ਼ਲ ਹੀ ਹੋਏ ਜਿਹੜਾ ਇੰਨਾ ਮਠਿਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਉਹ ਕਿੱਦਾਂ ਸੁੱਤੇ ਹੋ ਆ ਕਿਸੇ ਨੂੰ ਕੋਈ ਫਿਕਰ ਨੀ ਇਹ ਚ ਚੂਹੇ ਖਾਣਾ
ਇਹ ਕੀ ਆ ਮੱਖੀਆਂ ਮਰੀਆਂ ਆ, ਮਤਲਬ ਆਹ ਮੱਖੀਆਂ ਮਰੀਆਂ ਆ, ਕੋਈ ਕਵਰਡ ਨੀ ਹੈਗਾ ਢੱਕਿਆ, ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਬ ਜਿਹੜਾ ਸਵੀਟ ਦਾ ਢੱਕਿਆ ਹੋਇਆ ਨਹੀਂ। ਖਰੀਦਣੀ ਆ ਉਹਨਾਂ ਨੂੰ ਦੱਸ ਰਹੇ ਭੀ ਜਿਹੜੇ ਤੁਸੀਂ ਆਹ ਡੱਬਾ ਭੇਜ, ਇਹ ਐਡਰੈਸ ਲਿਖਿਆ ਹੋਇਆ ਸਾਡੇ ਵਿੱਚ ਉੱਪਰ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੋ ਇੱਥੇ ਲਿਖਿਆ ਹੋਇਆ ਭਦਸ ਚੌਂਕ ਆ ਜਾਂ ਭਦਾਸ ਚੌਂਕ ਹੈ ਬੇਗੋਵਾਲ ਤਹਿਸੀਲ ਭੁਲੱਥ, ਮੋਬਾਈਲ ਨੰਬਰ ਲਿਖਿਆ। ਮਤਲਬ ਜਿਹੜੇ ਇਹ ਡੱਬਾ ਕਈ ਵਿਚਾਰੇ ਖਾਂਦੇ ਹੋਣ, ਉਹਨਾਂ ਨੂੰ ਦੱਸਿਆ ਵੀ ਇਹ ਜਿਹੜੀ ਤੁਸੀਂ ਮਠਿਆਈ ਖਾ ਰਹੇ ਹੋ ਉਹ ਇੱਥੋਂ ਬਣਦੀ ਆ, ਇੱਥੋਂ ਏਦਾਂ ਦੇ ਹਾਲਾਤਾਂ ਚ ਬਣੀ ਆ, ਦੇਖ ਲਓ ਜਰਾ। ਉਹ ਦੇਖੋ ਉੱਪਰ ਵੀ ਦੇਖੀ, ਔਰ ਸਾਰੇ ਬੰਦੇ ਸੁੱਤੇ ਹੋ ਆ। ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹੌਲ ਹਾਲ ਲੱਗ ਰਿਹਾ ਜਿਹ ਚ ਮਠਿਆਈ ਪਈ ਆ, ਇੱਥੇ ਕੁਛ ਵੀ ਸੁੱਟ ਜਾਏ, ਕੋਈ ਕੁਛ ਕਰ ਜਾਏ, ਕੋਈ ਸਿਕਿਉਰਿਟੀ ਦਾ ਕੋਈ ਨੀ ਹੈਗਾ। ਕੱਲ ਨੂੰ ਇਹਨਾਂ ਦੀ ਆਪਣੀ ਬਦਨਾਮੀ ਹੋ ਜਾਏ, ਬੰਦੇ ਖਾ ਲੈਣ ਕੁਛ, ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ, ਤਾਂ ਜਵਾਬ ਕਿਹਦਾ ਆ? ਜਿਹੜੇ ਸਰ ਮਠਿਆਈ ਖਾਂਦੇ ਆ, ਜਿਹੜੇ ਬੰਦਾ ਮਾਲਕ ਹੈ, ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇਹਨਾਂ ਤੇ ਸੁੱਟਿਆ ਹੋਇਆ। ਪ੍ਰਵਾਸੀ ਭਾਰਤੀ ਸਾਰੇ ਆ, ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ। ਜਿਹੜੇ ਮਠਿਆਈ ਖਾਣ ਦੇ ਸ਼ੌਕੀਨ ਆ, ਕੀ ਕਹਿਣਾ ਚਾਹੁੰਦੇ ਨੇ? ਮਠਿਆਈ ਖਾਣ ਦੇ ਸ਼ੌਕੀਨ ਯਾਰ, ਥੋੜੇ ਸੰਭਲ ਜਾਓ, ਜਾਗੋ, ਗ੍ਰਾਹਕ ਜਾਗੋ, ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ। ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਆ, ਤੁਸੀਂ ਆਪਣੀ ਸਿਹਤ ਬਾਰੇ, ਇੱਥੇ ਤਾਂ ਹੁਣ ਮੈਂ ਤਾਂ ਕਹੂੰ ਵਾਰਿਸ ਸ਼ਾਹ ਨੇ ਕਲਮ ਰੱਖ ਦੀ ਵੀ ਹੁਣ ਕੀ ਲਿਖਾਂ ਇੱਥੇ ਮੈਂ, ਹੋਰ ਇੱਥੇ ਕੀ ਕਹਾਂ? ਮੈਨੂੰ ਕੋਈ ਪੁੱਛਦਾ ਵੀ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸੀਮਮ ਕੀ ਗੰਦ ਦੇਖਿਆ, ਮਤਲਬ ਜਿੱਦਾਂ ਗੰਦੇ ਹਾਲਾਤਾਂ ਚ ਕੀ ਦੇਖਿਆ? ਮੈਂ ਕਿਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲਿਆਂ ਨੂੰ ਵੀ ਸਾਰਿਆਂ ਨੂੰ ਕੱਟ ਗਿਆ, ਵੀ ਜਦੋਂ ਜਾਈਦਾ ਅਗਲਾ ਲੱਗਦਾ ਵੀ ਆਹ ਅਖੀਰ ਹੈ, ਜਦੋਂ ਇਹ ਤੋਂ ਬਾਅਦ ਅੱਗੇ ਜਾਈਦਾ ਲੱਗਦਾ ਨਹੀਂ ਯਾਰ ਆਹ ਅਖੀਰ ਹੈ, ਉਹ ਅਖੀਰ ਹੀ ਨਹੀਂ ਆਉਂਦੀ ਕਿਤੇ, ਕੋਈ ਲਿਮਿਟ ਹੀ ਨਹੀਂ ਹੈਗੀ, ਕੋਈ ਫੂਡ ਦਾ ਮਿਆਰ ਆ। ਮੈਂ ਕਹਿੰਦਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ, ਫੋਰਨ ਦੀਆਂ, ਆਹ ਫੂਡ ਸੇਫਟੀ, ਉਹ ਜਦੋਂ ਫੋਰਨ ਵਾਲੇ ਦੇਖਣਗੇ ਕਹਿਣਗੇ ਯਾਰ ਆਹ ਸਟੈਂਡਰਡ ਆ ਫੂਡ ਦਾ ਤੁਹਾਡਾ, ਤੇ ਫਿਰ ਆਹ ਸਾਫ਼ ਸਫਾਈ ਦਾ ਇਹ ਹਾਲ ਦੇਖ ਕੇ ਜਾਂਦੇ ਆ ਤੁਸੀਂ? ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ, ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ, ਉਹ ਕਵਰਡ ਹੈਗਾ। ਮਾਲ ਭਰਿਆ ਜਾਏਗਾ ਨਾ, ਉਸ ਤੋਂ ਬਾਅਦ ਜੋ ਕੱਪੜਾ ਨਹੀਂ ਦਿੰਦੇ ਹਨਾ, ਅਸੀਂ ਤਾਂ ਰਾਤ ਨੂੰ ਆਏ, ਰਾਤ ਇਦਾਂ ਹੀ ਪਿਆ ਰਿਹਾ ਸਰ, ਇਦਾਂ ਗਰਮ ਨੇ ਗਰਮ ਤੇ ਥੋੜਾ ਵੀ ਜਾਲੀ ਕਿਉਂ ਨਹੀਂ ਦਿੰਦੇ? ਚੁੰਨੀਆਂ ਵਰਗੀ ਜਾਲੀ ਆਉਂਦੀ ਪਤਲੀ, ਇਹਦੇ ਉੱਪਰ ਉੱਪਰ ਦੇ ਦਿੰਦੇ ਢੱਕ ਦੇ, ਨਾ ਮੱਖੀ ਆਉਣੀ। ਉਹ ਮੱਖੀਆਂ ਵਾਲਾ ਪੀਪਾ ਕਿੱਥੇ ਆ? ਕਿੱਥੇ ਆ? ਇੱਕ ਇੱਧਰ ਦਿਖਾਓ ਤੁਸੀਂ, ਆਹ ਕੀ ਆ? ਠੰਡਾ ਕਰਕੇ ਮੱਖੀਆਂ ਮਰ ਗਈਆਂ।
ਬ੍ਰਾਂਡ ਸਾਰੇ ਹੀ ਆ ਕਿਸ਼ੋਰ ਜੀ ਤੁਹਾਡੇ ਕੋਲ ਉਹ ਦੇ ਜਾਂਦੇ ਅਸੀਂ ਲੋਕਾਂ ਨੂੰ ਵੇਚਣੇ ਕਿਲੋ ਕਿਲੋ ਦੀ ਪੈਕਿੰਗ ਹੈ ਹਾਂਜੀ ਮੈਨੂੰ ਹੈ ਨੀ ਫਰਸ਼ ਥੱਲੇ ਕਦੀ ਇਹ ਫਰਸ਼ ਸਾਫ਼ ਹੀ ਨਹੀਂ ਹੋ ਸਕਦਾ ਟਾਇਲ ਐਲੀਵੇਟ ਕਰ ਲਓ ਇਹ ਵਿੱਚੇ ਹੀ ਜਾਣੀ ਉੱਥੇ ਬਣ ਰਹੀ ਮਠਿਆਈ ਉੱਥੇ ਹੀ ਇਹ ਸਾਰੀ ਟੋਇਲਟ ਹੈ।